ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਐਸਕੇ ਬੈਂਸ ਤੇ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਫਗਵਾੜਾ ਤੋਂ, ਜਿੱਥੇ ਦੀ ਪੁਲਿਸ ਨੇ ਇੱਕ ਨਾਇਜੀਰੀਅਨ ਔਰਤ ਨੂੰ 5 ਕਿਲੋ ਹੈਰਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਆਰੋਪੀ ਔਰਤ ਕੋਲੋਂ ਫੜੀ ਗਏ ਹੈਰਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 25 ਕਰੋੜ ਰੁਪਏ ਹੈ। ਫਿਲਹਾਲ ਪੁਲਿਸ ਵੱਲੋਂ ਆਰੋਪੀ ਔਰਤ ਖਿਲਾਫ਼ ਬਣਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਫਗਵਾੜਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਨਾਇਜੀਰੀਅਨ ਔਰਤ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੇ ਜਦੋਂ ਉਕਤ ਔਰਤ ਦੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲਈ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 25 ਕਰੋੜ ਰੁਪਏ ਹੈ। ਫਿਲਹਾਲ ਪੁਲਿਸ ਵੱਲੋਂ ਆਰੋਪੀ ਔਰਤ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਕਪੂਰਥਲਾ ਪੁਲਿਸ ਨੇ ਐਸਪੀ ਡੀ ਸਾਹਿਬ ਦੀ ਅਗਵਾਈ 'ਚ, ਡੀਐਸਪੀ ਡੀ ਔਰ ਸਾਡੇ ਇੰਸਪੈਕਟਰ ਸੀਆਈਏ ਇਹਨਾਂ ਦੀ ਅਗਵਾਈ 'ਚ ਕਾਫ਼ੀ ਵੱਡੀ ਕਾਮਯਾਬੀ ਸੀ ਹਾਸਲ ਕੀਤੀ। 5 ਕੇਜੀ ਹੈਰੋਇਨ ਜਿਹਦਾ ਕਿ ਇੰਟਰਨੈਸ਼ਨਲ ਮਾਰਕੀਟ 'ਚ ਵਰਥ 25 ਕਰੋੜ ਰੁਪੀਸ ਦੀ ਆ, ਉਹ ਇੱਕ ਅਫਰੀਕਨ ਨੈਸ਼ਨਲ ਲੇਡੀ ਤੋਂ ਅਸੀਂ ਰਿਕਵਰ ਕੀਤੀ ਹੈ। ਔਰ ਇਹ ਲੇਡੀ ਦਿੱਲੀ ਤੋਂ ਇਹ ਕੰਸਾਈਨਮੈਂਟ ਲੈ ਕੇ ਚੱਲੀ ਸੀਗੀ ਔਰ ਇੰਡੀਆ 'ਚ ਇਹ ਇਸੇ ਸਾਲ ਐਂਟਰ ਕੀਤੀ ਆ, ਬਿਜ਼ਨਸ ਵੀਜ਼ੇ 'ਤੇ ਐਂਟਰ ਕੀਤੀ ਔਰ ਦਿੱਲੀ ਹੀ ਇਹ ਰਹਿ ਰਹੀ ਸੀ। ਹੁਣ ਅਸੀਂ ਫਰਦਰ ਸਾਰਾ ਇਹਦੀ ਡਿਟੇਲ 'ਚ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹ ਸਪਲਾਈ ਪਰਟੀਕੁਲਰ ਪੰਜਾਬ 'ਚ ਇੱਥੇ ਜੇ ਇਹ ਫਗਵਾੜੇ ਲੇਡੀ ਨੂੰ ਕੈਚ ਕੀਤਾ ਗਿਆ ਅਤੇ ਇਹਨੇ ਕਿੱਥੇ ਸਪਲਾਈ ਕਰਨਾ ਸੀ। ਇਸ ਇਹਦੇ ਵਿਜ਼ਿਟ ਤੋਂ ਜਿਹੜਾ ਪੰਜਾਬ 'ਚ ਆਈ, ਇਸ ਤੋਂ ਪਹਿਲਾਂ ਵੀ ਇਹ ਪੰਜਾਬ 'ਚ ਆ ਚੁੱਕੀ ਆ, ਉਹਦਾ ਵੀ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ। ਔਰ ਇਹ ਇੱਕ ਇੰਨਾ ਇਹ ਅਹਿਮ ਕੜੀ ਬਣ ਗਈ ਆ, ਅਕਸਰ ਪੰਜਾਬ ਦੇ ਵਿੱਚ ਵੱਖ ਵੱਖ ਡਿਸਟ੍ਰਿਕਟ 'ਚ ਸਾਊਥ ਅਫਰੀਕਨ ਨੈਸ਼ਨਲਸ ਨੂੰ ਫੜਿਆ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਅਸੀਂ ਕਪੂਰਥਲੇ ਵਿੱਚ ਤਕਰੀਬਨ 2-3 ਮਹੀਨੇ ਪਹਿਲਾਂ ਇੱਕ ਲੇਡੀ ਨੂੰ ਅਰੈਸਟ ਕੀਤਾ ਸੀਗਾ, ਉਹ ਵੀ ਸਾਊਥ ਅਫਰੀਕਨ ਔਰ ਉਹ ਟੂਰਿਸਟ ਵੀਜ਼ੇ 'ਤੇ ਇੰਡੀਆ 'ਚ ਆਈ ਹੋਈ ਸੀ ਲੇਡੀ। ਔਰ ਇਹ ਇਹ ਅਸੀਂ ਬਕਾਇਦਾ ਇਹਦੀ ਡਿਟੇਲ 'ਚ ਜਾਵਾਂਗੇ ਵੀ ਬਿਜ਼ਨਸ ਵੀਜ਼ਾ ਇਹਨੂੰ ਕੌਣ ਸਪੋਂਸਰ ਕਰ ਰਿਹਾ ਆ, ਕਿਹਦੇ ਰੈਫਰੈਂਸ ਨਾਲ ਬਿਜ਼ਨਸ ਵੀਜ਼ੇ ਇਹਨਾਂ ਨੂੰ ਮਿਲ ਰਹੇ ਆ, ਕਿ ਉਹ ਵੀ ਬੰਦੇ ਇਹਨਾਂ ਚੀਜ਼ਾਂ 'ਚ ਇਨਵੋਲਵ ਹੈ ਕਿ ਨਹੀਂ। ਸੋ ਸਾਰੀ ਡਿਟੇਲ ਪਾਰਟ ਆਫ ਇਨਵੈਸਟੀਗੇਸ਼ਨ ਆ। ਅਸੀਂ ਅੱਜ ਇਹਨੂੰ ਅਰੈਸਟ ਕੀਤਾ ਆ ਔਰ ਅਸੀਂ ਇਹਦੇ ਐਂਡ ਤੱਕ ਜਾਵਾਂਗੇ ਔਰ ਇਹਦਾ ਅਸੀਂ ਪੂਰਾ ਇਹਦਾ ਅਸੀਂ ਰਿਜ਼ਲਟ ਕੱਢਾਂਗੇ ਤਾਂ ਕਿ ਇਹ ਚੀਜ਼ ਪੰਜਾਬ 'ਚ ਆਉਣੀ ਬੰਦ ਹੋ ਸਕੇ। ਸਰ, ਇਹਨੇ ਪਹਿਲਾਂ ਕਿੰਨੀ ਬਰਾਮਦਗੀ ਹੈ ਔਰ ਇਹ ਕਿਸ ਚੀਜ਼ ਦੇ ਉੱਤੇ ਸਵਾਰ ਸੀ? 5 ਕੇਜੀ ਹੈਰੋਇਨ ਆ ਜੀ, 5 ਕੇਜੀ ਹੈਰੋਇਨ ਆ ਔਰ ਇਹ ਆਪਦੇ ਇਹਨੇ ਬੈਗ 'ਚ ਪਾਇਆ ਹੋਇਆ ਸੀ। ਮੈਂ ਜਿੱਦਾਂ ਦੱਸਿਆ ਇਹ ਦਿੱਲੀ ਤੋਂ ਬਾਏ ਜਿਹੜੀ ਪਬਲਿਕ ਬੱਸ ਹੁੰਦੀ, ਟੂਰਿਸਟ ਬੱਸ ਹੁੰਦੀ ਆ, ਉਹਦੇ 'ਚ ਇਹ ਲੇਡੀ ਆਈ ਸੀ। ਸਰ, ਇਹ ਪਹਿਲਾਂ ਵੀ ਆ ਚੁੱਕੀ ਪੰਜਾਬ ਵਿੱਚ, ਫਸਟ ਟਾਈਮ? ਹਾਂਜੀ, ਨਹੀਂ, ਇਹਨੇ ਪਹਿਲਾਂ ਵੀ ਪੰਜਾਬ 'ਚ ਜੋ ਹੁਣ ਤੱਕ ਜਿੰਨੀ ਪੁੱਛਗਿੱਛ ਹੋਈ ਆ ਉਸ ਪਹਿਲਾਂ ਵੀ ਇਹਨੇ ਪੰਜਾਬ 'ਚ ਚੱਕਰ ਲਾਇਆ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹੈਰਨ ਦੀਆਂ ਖੇਪਾਂ ਲਗਾਤਾਰ ਮਿਲ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।